ਵੀਰ ਜੀ ਆਪਣਾ ਮੇਰਾ ਲਾਪਰੀ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਅੱਜ ਲੋਕ ਟਾਇਲ ਦੇ ਸ਼ੁਰੂਆਤ ਕੀਤੀ ਗਈ ਹੈ ਪਿੰਡ ਸਮਾਜ ਇਹਨਾਂ ਦਾ ਧੰਨਵਾਦ ਹੈ ਹੈਪੀ ਜੀ ਤੁਹਾਡਾ ਦੂਸਰੀ ਗੱਲ ਇਹ ਹੈ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਵੱਖ ਵੱਖ ਪਿੰਡਾਂ 'ਚ ਜਿਹੜਾ ਵਿਕਾਸ ਹੋ ਰਿਹਾ ਵਾ ਉਸੇ ਲੜੀ ਤਹਿਤ ਪਿੰਡ ਸਭਰਾ ਦੇ ਵਿੱਚ ਵੀ ਵਿਕਾਸ ਹੋ ਰਿਹਾ ਵਾ ਪਿੰਡ ਦੇ ਚੜ੍ਹਦੇ ਪਾਸੇ ਵੀ ਵਿਕਾਸ ਜਿਹੜਾ ਚੱਲ ਰਿਹਾ ਵਾ ਅਤੇ ਲਹਿੰਦੇ ਪਾਸੇ ਵੀ ਚੱਲ ਰਿਹਾ ਲਹਿੰਦੇ ਪਾਸੇ ਇੱਕ ਦੋ ਗਲੀਆਂ ਹੀ ਕੰਪਲੀਟ ਕਰਤੀਆਂ ਕਾਫੀ ਵੱਡੀਆਂ ਹੀ ਔਰ ਜਿੱਥੇ ਕਿਤੇ ਸੀਵਰੇਜ ਦੀ ਲੋੜ ਹੋਊਗੀ ਸੀਵਰੇਜ ਵੀ ਪਾ ਰਹੇ ਹਾਂ ਹੁਣ ਜਿਹੜੀ ਅਸੀਂ ਗਲੀ ਸ਼ੁਰੂ ਕੀਤੀ ਆ ਇਹ 550 ਫੁੱਟ ਦੇ ਕਰੀਬ ਆ ਜੀ ਇਹ ਵੀ ਬਸ ਇੱਕ ਦੋ ਦਿਨਾਂ ਦੀ ਕੰਪਲੀਟ ਕਰਕੇ ਫਿਰ ਅਗਲੀ ਗਲੀ ਨੂੰ ਅਸੀਂ ਮਤਲਬ ਸ਼ੁਰੂ ਕਰਾਂਗੇ ਜੀ ਹੋਰ ਕਿਹੜਾ ਕਿਹੜਾ ਕੰਮ ਆ ਜਿਹੜਾ ਪਿੰਡ 'ਚ ਕੀਤਾ ਜਾ ਰਿਹਾ ਕੰਮ ਪਿੰਡ ਦੇ ਵਿੱਚ ਜਿੰਨੇ ਵੀ ਰਹਿੰਦੇ ਕੰਮ ਜਿਹੜੇ ਰਹਿੰਦੇ ਕਹਿ ਲਓ ਕੰਮ ਤਾਂ ਹੋਇਆ ਕੋਈ ਨਹੀਂ ਉਹ ਜਿੰਨੇ ਵੀ ਕੰਮ ਅਸੀਂ ਸਾਰੇ ਨੇਪਰੇ ਚੜਾਵਾਂਗੇ ਉਹ ਅਸੀਂ ਨੋਟ ਕੀਤੇ ਹੋਏ ਆ ਸਹਿਜੇ ਸਹਿਜੇ ਪਹਿਲੇ ਸਾਲ ਦੇ ਵਿੱਚ ਤੁਸੀਂ ਵੇਖਿਆ ਅਸੀਂ ਕੰਮ ਸ਼ੁਰੂ ਕਰ ਦਿੱਤੇ ਆ ਅਤੇ 5 ਸਾਲ ਦੇ ਵਿੱਚ ਅਸੀਂ ਕੰਮ ਰਹਿਣੀ ਕੋਈ ਨਹੀਂ ਦੇਣਾ ਮੰਤਰੀ ਸਾਹਿਬ ਦਾ ਕਿੰਨਾ ਕੁ ਸਹਿਯੋਗ ਆ ਤੁਹਾਡਾ ਮੰਤਰੀ ਸਾਹਿਬ ਦਾ ਸਹਿਯੋਗ ਹੀ ਮੰਤਰੀ ਸਾਹਿਬ ਦਾ ਜੀ ਮੰਤਰੀ ਸਾਹਿਬ ਵੱਲੋਂ ਕਿਸੇ ਚੀਜ਼ ਦੀ ਜਿਹੜੀ ਸਾਨੂੰ ਮਤਲਬ ਉਹਨਾਂ ਵੱਲੋਂ ਨਾਂਹ ਨਹੀਂ ਕੀਤੀ ਗਈ ਜਿੱਥੇ ਵੀ ਕਿਤੇ ਸਾਨੂੰ ਮੁਸ਼ਕਲ ਆਉਂਦੀ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਂਦੇ ਹਾਂ ਔਰ ਉਹ ਬਹੁਤ ਮਤਲਬ ਨੇੜਤਾ ਨਾਲ ਧਿਆਨ ਨਾਲ ਸਾਡੇ ਪਿੰਡ ਨੂੰ ਮੁੱਖ ਰੱਖ ਕੇ ਜੇ ਕੋਈ ਮਸਲਾ ਹੁੰਦਾ ਉਹਨੂੰ ਹੱਲ ਕਰਦੇ ਆ ਮੇਰਾ ਨਾਮ ਕਾਰਜ ਸਿੰਘ ਇਹ ਕਿਹੜੇ ਵਿਸ਼ੇ ਦੇ ਅੱਜ ਇੱਥੇ ਇਕੱਠੇ ਹੋਏ ਬਾਬਾ ਅੱਜ ਇਹ ਪਹਿਲੀਆਂ ਗਲੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਅਤੇ ਅੱਜ ਗਲੀ ਜਿਹੜੀ ਹੈ ਨਵੀਂ ਸ਼ੁਰੂ ਕੀਤੀ ਗਈ ਆ ਤਕਰੀਬਨ 500 ਫੁੱਟ ਜਿਹੜੀ ਇਹ ਗਲੀ ਜਿਹੜੀ ਲੰਮੀ ਹੈ ਜੀ ਇਹ ਹੌਲੀ ਹੌਲੀ ਜਦੋਂ ਅਸੀਂ ਤੁਰ ਪਏ ਹਾਂ ਅਤੇ ਹੁਣ ਇਹ ਆ ਵੀ ਕੋਈ ਗਲੀ ਰਹਿ ਨਹੀਂ ਜਾਣੀ ਅਸੀਂ ਚਾਹੁੰਦੇ ਹਾਂ ਵੀ ਜਦੋਂ ਵੀ ਗਲੀ ਸ਼ੁਰੂ ਕਰਦੇ ਹਾਂ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦੇ ਹਾਂ ਅਜੇ ਜਿੰਨਾ ਵਿਕਾਸ ਹੋਇਆ ਵਾ ਅਜੇ ਤੱਕ ਇਸ ਤਰ੍ਹਾਂ ਵਿਕਾਸ ਨਹੀਂ ਪਹਿਲੇ ਸਾਲ 'ਚ ਨਹੀਂ ਕਿਤੇ ਹੋਇਆ ਪਰ ਅਸੀਂ ਲਾਲਜੀਤ ਭੁੱਲਰ ਨਾਂ ਕੀ ਪ੍ਰਧਾਨ ਜੀ ਆਪਣਾ ਨਾਮ ਮੇਰਾ ਪਾਰ ਸਿੰਘ ਜੀ ਬਲਾਕ ਪ੍ਰਧਾਨ ਸਭਰਾਤ ਜਿਸ ਤਰ੍ਹਾਂ ਅੱਜ ਲੋਕ ਟਾਇਲ ਦੀ ਸ਼ੁਰੂਆਤ ਕੀਤੀ ਗਲੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਕੰਮ ਅਸੀਂ ਚੱਲ ਰਿਹਾ ਸਾਡੇ ਚੜ੍ਹਦੇ ਬੰਨੇ 5 ਗਲੀਆਂ ਕੰਪਲੀਟ ਹੋ ਗਈਆਂ ਟੂਟੀ ਘਰ ਘਰ ਲਾਤੀਆਂ ਪਾਣੀ ਘਰ ਘਰ ਪਹੁੰਚਾਤਾ 100 ਘਰ ਹੀ ਜਿਨ੍ਹਾਂ ਨੂੰ ਪਾਣੀ ਦਾ ਬਹੁਤ ਜ਼ਿਆਦਾ ਟੋਟ ਹੀ ਪਾਣੀ ਨਹੀਂ ਮਿਲ ਰਿਹਾ ਉਹਨਾਂ ਨੂੰ 100 ਘਰ 'ਚ ਹੀ ਪਾਣੀ ਪਹੁੰਚਾਤਾ ਜੀ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਹੈ ਇਹ ਪਿੰਡ ਵਾਲਿਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ ਪਿੰਡ ਵਾਲਿਆਂ ਦਾ ਬਹੁਤ ਵਧੀਆ ਮਿਲ ਰਿਹਾ ਸਹਿਯੋਗ ਜੀ ਪਿੰਡ ਵਾਲੇ ਸਾਰੇ ਸਾਡੇ ਨਾਲ ਆ ਜੀ ਇੰਨਾ ਕੰਮ ਕਦੀ ਹੋਇਆ ਹੀ ਨਹੀਂ 5 ਸਾਲਾਂ 'ਚ ਨਹੀਂ ਹੋਇਆ ਜਿਹੜਾ ਅਸੀਂ ਆ ਇੰਨਾ ਹੀ ਚਰਚ ਕਰਦਾ